ਸੋ ਦੋਸਤੋ, ਇਹ ਦਰਿਆ ਖੱਬੇ ਹੱਥ ਆਪਣੇ ਸਤਲੁਜ ਦਰਿਆ ਵਗ ਰਿਹਾ। ਤੁਸੀਂ ਦੇਖ ਰਹੇ ਹੋ ਪਾਣੀ ਕਿੰਨਾ ਆਇਆ ਹੋਇਆ, 2,45,000 ਕਿਊਸਿਕ ਪਾਣੀ ਜਿਹੜੀ ਖਬਰ ਆ ਅਖਬਾਰ ਦੀ ਉਹ ਦੱਸ ਰਹੀ ਹੈ ਵੀ ਇਹਦੇ ਵਿੱਚ ਵਗ ਰਿਹਾ। ਔਰ ਇਹ ਬੰਨ੍ਹ ਦੇ ਨਾਲ ਆ ਸਾਹਮਣੇ ਦਿਖਾਓ, ਇਹ ਬਿਲਕੁਲ ਬੰਨ੍ਹ ਨਾਲ ਪਾਣੀ ਆਇਆ ਪਿਆ। ਜੇ ਇੱਥੇ ਆ ਸਥਾਨਕ ਲੋਕ ਸਾਡੇ ਮਿੱਟੀ ਨਾ ਪਾਉਣ ਤੇ ਇਹ ਪਾਣੀ 2-3 ਘੰਟੇ ਪਹਿਲਾਂ ਬਾਹਰ ਨਿਕਲ ਜਾਣਾ ਸੀ। ਸੋ ਬੜੀ ਲੋੜ ਹੈ ਇੱਥੇ ਇਹੋ ਜਿਹੀ ਜਿਹੜੀ ਸੇਵਾ ਕਰਨ ਦੀ ਅੱਜ। ਅਤੇ ਇਹ ਸੱਜੇ ਹੱਥ ਤੁਸੀਂ ਮੇਰੇ ਦੇਖ ਰਹੇ ਹੋ, ਇਹ ਜਿਹੜਾ ਆਪਣਾ ਬੰਨ੍ਹ ਟੁੱਟਿਆ ਮੋ ਮੀਓ ਵਾਲ ਤੋਂ, ਉਹਦਾ ਪਾਣੀ 8-9 ਕਿਲੋਮੀਟਰ ਬਾਹਰ ਆ ਚੁੱਕਾ। ਇਹ ਦਿਖਾ ਦਿਓ ਚੰਗੀ ਤਰ੍ਹਾਂ ਜਿਹੜਾ। ਔਰ 10-15 ਮਿੰਟ ਪਹਿਲਾਂ ਹੀ ਅਸੀਂ ਦੇਖਿਆ ਸੀ ਵੀ ਇੱਥੇ ਫਸਲਾਂ ਖੜੀਆਂ ਸੀਗੀਆਂ ਅਤੇ ਜਿਹੜੀ ਹੁਣ ਫਸਲ ਸਾਰੀ ਪਾਣੀ ਵਿੱਚ ਡੁੱਬ ਗਈ ਹੈ। ਸੋ ਬੜੀ ਲੋੜ ਆ ਜੀ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਸੇਵਾਦਾਰਾਂ ਵੱਲੋਂ ਇੱਥੇ ਮਦਦ ਦੀ।